अस्सलाम वालेकुम दोस्तों, की हाल चाल ने ठीक ठाक हो जनाब। आज दी वीडियो दे विच असीं तुहानूं वखाने आ कि इह गलासां दा की कमाल है। इहदे विच असीं टूल बॉक्स अपने दे जिहड़े छोटे नट पेच हुंदे ने जां कोई जरूरी चीज़ां हुंदियां ने उह इहनां दे विच सांभणियां ने। ठीक है, तो असीं तुहानूं वीडियो दे विच वखाने आ इक आसान जिहा नुस्खा है, तो तुसीं भी इस्तेमाल करिओ जे। पौनी का क्लिप है, इन्हां दे विचों स्टील दे किल कट लैने। काविये की मदद दे नाल ना सेंटर च सराख करके सेंटर च सराख कर लेने, दूसरे पीस ने भी इस तरह कर लेने। पेज सेंटर च गुजार दिता है, यह निशान लाए नहीं असीं पहले। ਚੱਲ ਆ ਕੇ ਤੇ ਨਾਲ ਨਟ ਜਿਹੜੇ ਨੇ ਉਹ ਲੱਗ ਗਿਆ। Thank you.
ਅਸੀਂ ਇਹ ਤੁਹਾਨੂੰ ਲਗਾ ਕੇ ਤੇ ਬਹਾਨੇ ਇਹਨੂੰ ਪਾਣੀ ਦੇ ਪੈਪ ਦੇ ਉੱਤੇ ਸੈੱਟ ਕਰਨਾ ਤੁਹਾਨੂੰ ਵਹਾ ਦਿੰਦੇ ਇਹ ਪਾਣੀ ਦਾ ਪੈਪ ਇਹ ਪੈਪ ਦਾ ਡੱਗ ਟੋਟਾ ਲੈ ਲਓ ਛੋਟੇ ਦੇ ਉੱਤੇ ਕੰਮ ਜਾ ਜਾਂਦਾ ਅਸੀਂ ਜ਼ਿਆਦਾ ਲੈਂਥ ਤਾਰ ਰੱਖੀ ਹੋਰ ਡੱਬੀਆਂ ਲਾਉਣੀਆਂ ਨੇ ਮਜ਼ੀਦ ਅਤੇ ਇਹ ਕੈਪ ਲਾ ਕੇ ਥੱਲਿਓਂ ਬੰਦ ਕਰ ਦਿੱਤਾ ਉਹਦੇ ਵਿੱਚ ਲਾਈਟ ਫਿਟ ਕਰਨ ਲੱਗੇ ਤੁਹਾਨੂੰ ਚਲਾ ਕੇ ਦੱਸਾਂਗੇ ਕਿ ਕਿਸ ਤਰ੍ਹਾਂ ਦਾ ਕਲਰ ਦਿੰਦੀ ਹੈ ਤੁਸੀਂ ਵੀਡੀਓ ਦੇ ਐਂਡ ਤੱਕ ਵੇਖਣੀ ਵੀਡੀਓ ਇਹ ਡੱਬੀਆਂ ਅਸੀਂ ਜਿਹੜੇ ਨੇ ਪੈਪ ਦੇ ਨਾਲ ਫਿੱਟ ਕਰਨ ਲੱਗੇ ਹੁਣ ਇਹਨਾਂ ਦੇ ਵਿੱਚ ਅਸੀਂ ਜ਼ਰੂਰਤ ਦੀਆਂ ਜਿਹੜੀਆਂ ਚੀਜ਼ਾਂ ਨੇ ਇਸਤੇਮਾਲ ਕਰਨ ਦੀਆਂ ਉਹ ਰੱਖ ਦਿੰਦੇ ਦੋਸਤੋ ਤੁਹਾਨੂੰ ਅਸੀਂ ਬਹਾਨੇ ਲਾਈਟ ਜਿਹੜੀ ਚਲਾ ਕੇ ਇੱਕ ਕੋਲ ਕਾਊਂਟਰ ਲੱਗਾ ਹੋਏ ਕੋਲ ਬੰਦੇ ਨੂੰ ਚੀਜ਼ ਇਸਤੇਮਾਲ ਕਰਨੀ ਇਸ ਤਰ੍ਹਾਂ ਕੀਤਾ ਡੱਬੀ ਨੂੰ ਉੱਥੇ ਇਸਤੇਮਾਲ ਕੀਤੀ ਬਾਅਦ ਵਿੱਚ ਫਿਰ ਦੀਵਾਰ ਦੇ ਨਾਲ ਲਾ ਦਿੱਤਾ ਜੀ ਤੋ ਦੋਸਤੋ ਤੁਹਾਨੂੰ ਸਾਡੀ ਵੀਡੀਓ ਕੈਸੀ ਲੱਗੀ ਸਾਡੀ ਵੀਡੀਓ ਜਿਹੜੀ ਹੈ ਨਾ ਅਗਰ ਪਸੰਦ ਆਈ ਤੁਸੀਂ ਜਿਹੜਾ ਨਾ ਸਾਡੀ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਅਤੇ ਘੰਟੀ ਦਾ ਬਟਨ ਜ਼ਰੂਰ ਦਬਾਉਣਾ ਥੈਂਕ ਯੂ